ਕਿ ਤੇਂਦੂਆ ਟਾਈਪ ਜੰਗਲੀ ਜਾਨਵਰ ਗਲੀਆਂ 'ਚ ਘੁੰਮਦਾ ਦਿਖ ਰਿਹਾ। ਲੋਕਾਂ ਦੀ ਸੇਫਟੀ ਅਤੇ ਸਿਕਿਉਰਿਟੀ ਦੇ ਲਈ ਜਲਦੀ ਜਲਦੀ ਉਹਨੂੰ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ 'ਚ ਛੱਡਿਆ ਜਾਵੇ, ਕਿਉਂਕਿ ਉਹ ਮਹੱਲਾ ਇੱਦਾਂ ਦਾ ਆ ਵੀ ਉਹ 10-10, 11-11 ਵਜੇ ਤੱਕ ਜਿਹੜੇ ਲੋਕ ਆ ਗਲੀ ਦੇ ਵਿੱਚ ਸੈਰ ਕਰਦੇ ਰਹਿੰਦੇ। ਤਸਵੀਰਾਂ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਅਧੀਨ ਆਉਂਦੇ ਮੁਹੱਲਾ ਵੈਸਟ ਇਨਕਲੇਵ ਦੀਆਂ ਨੇ, ਜਿੱਥੇ ਕਿ ਮੁਹੱਲੇ ਦੇ ਵਿੱਚ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਤੇਂਦੂਆ ਘੁੰਮਦਾ ਹੋਇਆ ਨਜ਼ਰ ਆਇਆ। ਜੀ ਹਾਂ, ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀ ਹੈ ਅਤੇ ਗਲੀ ਦੇ ਵਿੱਚ ਲੱਗੇ ਸਿਸਟਮੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ, ਜਿੱਥੇ ਕਿ ਇੱਕ ਤੇਂਦੂਆ ਰਾਤ ਦੇ ਸਮੇਂ ਸ਼ਰੇਆਮ ਘੁੰਮਦਾ ਹੋਇਆ ਨਜ਼ਰ ਆ ਰਿਹਾ। ਪਰ ਗਨੀਮਤ ਇਹ ਰਹੀ ਕਿ ਉਸ ਵਕਤ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਹੀਂ ਸੀ, ਨਾ ਹੀ ਕੋਈ ਗਲੀ ਦੇ ਵਿੱਚ ਸੀ, ਕਿਉਂਕਿ ਰਾਤ ਦਾ ਸਮਾਂ ਸੀ। ਰਾਤ ਦੇ ਸਮੇਂ ਇਸ ਤੇਂਦੂਏ ਨੂੰ ਇਸ ਤਰ੍ਹਾਂ ਸ਼ਰੇਆਮ ਘੁੰਮਦੇ ਹੋਏ ਦੇਖਿਆ ਗਿਆ ਅਤੇ ਜਿਵੇਂ ਹੀ ਵੀਡੀਓ ਵਾਇਰਲ ਹੁੰਦੀ ਹੈ ਅਤੇ ਤੇਂਦੂਏ ਦੇ ਘੁੰਮਣ ਦੀਆਂ ਖਬਰਾਂ ਇਲਾਕਾ ਵਾਸੀਆਂ ਤੱਕ ਪਹੁੰਚਦੀਆਂ ਨੇ ਤਾਂ ਪੂਰੇ ਮੁਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ। ਲੋਕ ਬੜੇ ਹੀ ਡਰੇ ਹੋਏ ਨੇ, ਸਹਿਮੇ ਹੋਏ ਨੇ, ਘਬਰਾਏ ਹੋਏ ਨੇ, ਕਿਉਂਕਿ ਕਿਸੇ ਵੀ ਵਕਤ ਕਿਸੇ ਬੱਚੇ ਦਾ ਕੋਈ ਨੁਕਸਾਨ ਹੋ ਸਕਦਾ ਹੈ, ਜਾਨੀ ਨੁਕਸਾਨ ਹੋ ਸਕਦਾ ਹੈ। ਪਰ ਇਹ ਜੋ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਜਿਸ ਵਕਤ ਇਹ ਤੇਂਦੂਆ ਗਲੀ ਦੇ ਵਿੱਚ ਘੁੰਮਦਾ ਉਸ ਵਕਤ ਫਿਲਹਾਲ ਕੋਈ ਵੀ ਬਾਹਰ ਨਹੀਂ ਸੀ। ਸੋ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਕੌਂਸਲਰ ਪਵਿੱਤਰ ਦੀਪ ਲੁਬਾਣਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੇਂਦੂਏ ਨੂੰ ਜਲਦ ਕਾਬੂ ਕਰਕੇ ਜੰਗਲ ਦੇ ਵਿੱਚ ਛੱਡਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋ ਸਕੇ। ਉਹਨੇ ਕਿਹਾ ਕਿ ਇਸ ਮੁਹੱਲੇ ਦੇ ਵਿੱਚ ਰਾਤ ਤੱਕ ਬਜ਼ੁਰਗ ਅਤੇ ਵਿਅਕਤੀ ਸੈਰ ਕਰਦੇ ਰਹਿੰਦੇ ਨੇ, ਬੱਚੇ ਵੀ ਗਲੀ ਦੇ ਵਿੱਚ ਖੇਡਦੇ ਰਹਿੰਦੇ ਨੇ। ਇਸ ਦੇ ਚੱਲਦੇ ਉਹਨਾਂ ਨੇ ਜਲਦ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ 'ਤੇ ਕੋਈ ਗੰਭੀਰ ਕਦਮ ਚੁੱਕਿਆ ਜਾਵੇ। ਤਾਂ ਫਿਰ ਸੁਣਦੇ ਹਾਂ ਕੌਂਸਲਰ ਪਵਿੱਤਰ ਦੀਪ ਲੁਬਾਣਾ ਨੇ ਹੋਰ ਕੀ ਕੁੱਝ ਕਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਵਿੱਤਰਦੀਪ ਸਿੰਘ ਲੁਬਾਣਾ, ਕੌਂਸਲਰ ਵਾਰਡ ਨੰਬਰ 24 ਤੋਂ। ਅੱਜ ਇੱਕ ਮੇਰੇ ਵਾਰਡ ਦੀ ਵੀਡੀਓ ਇੱਕ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਮੁਹੱਲਾ ਵੈਸਟਰਨ ਕਲੇਵ ਦੀ, ਜਿਹਦੇ ਵਿੱਚ ਇੱਕ ਤੇਂਦੂਆ ਟਾਈਪ ਜੰਗਲੀ ਜਾਨਵਰ ਗਲੀਆਂ 'ਚ ਘੁੰਮਦਾ ਦਿਖ ਰਿਹਾ। ਮੇਰੀ ਮਹਿਕਮੇ ਨੂੰ ਬਹੁਤ ਹੱਥ ਜੋੜ ਕੇ ਅਪੀਲ ਹੈ ਵੀ ਲੋਕਾਂ ਦੀ ਸੇਫਟੀ ਅਤੇ ਸਿਕਿਉਰਿਟੀ ਦੇ ਲਈ ਜਲਦੀ ਜਲਦੀ ਉਹਨੂੰ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ 'ਚ ਛੱਡਿਆ ਜਾਵੇ, ਕਿਉਂਕਿ ਮੌਸਮ ਹੁਣ ਖੁੱਲ੍ਹ ਗਿਆ, ਬੱਚੇ ਆਮ ਗਲੀਆਂ ਦੇ ਵਿੱਚ ਖੇਡਦੇ ਰਹਿੰਦੇ ਆ। ਉਹ ਮਹੱਲਾ ਇੱਦਾਂ ਦਾ ਆ ਵੀ ਉਹ 10-10, 11-11 ਵਜੇ ਤੱਕ ਜਿਹੜੇ ਲੋਕ ਆ ਗਲੀ ਦੇ ਵਿੱਚ ਸੈਰ ਕਰਦੇ ਰਹਿੰਦੇ। ਅਤੇ ਇਸ ਤੋਂ ਪਹਿਲਾਂ ਕੋਈ ਅਨਫੋਰਚੁਨੇਟਲੀ ਕੋਈ ਮਾੜੀ ਘਟਨਾ ਹੋਵੇ, ਉਹ ਕਿਸੇ 'ਤੇ ਅਟੈਕ ਕਰੇ, ਮੇਰੀ ਡਿਪਾਰਟਮੈਂਟ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹਨੂੰ ਜਲਦੀ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ ਦੇ ਵਿੱਚ ਛੱਡਿਆ ਜਾਵੇ। ਔਰ ਮੇਰੀ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਜਿੰਨੀ ਦੇਰ ਤੱਕ ਸਾਨੂੰ ਮਹਿਕਮਾ ਇਸ ਰਿਲੇਟਿਡ ਕੋਈ ਅਪਡੇਟ ਨਹੀਂ ਦਿੰਦਾ, ਅਸੀਂ ਆਪਣੀਆਂ ਸਰਾਊਂਡਿੰਗਸ ਥੋੜ੍ਹੀ ਜਿਹੀਆਂ ਸੇਫਟੀ ਰੱਖੀਏ, ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਿਕਿਉਰ ਕਰਕੇ ਥੋੜ੍ਹਾ ਅਲਰਟ ਰਹਿ ਕੇ, ਅਸੀਂ ਜਿੰਨੀ ਦੇਰ ਤੱਕ ਸਾਨੂੰ ਮਹਿਕਮਾ ਨਹੀਂ ਇਸ ਬਾਰੇ ਜਾਣੂ ਕਰਾਉਂਦਾ ਅਸੀਂ ਅਲਰਟ ਰਹੀਏ। ਇੱਕ ਵਾਰ ਫਿਰ ਤੋਂ ਮੇਰੀ ਮਹਿਕਮੇ ਨੂੰ ਅਪੀਲ ਆ, ਵਾਈਲਡ ਲਾਈਫ ਨੂੰ ਵੀ ਅਪੀਲ ਹੈ, ਫੋਰੈਸਟ ਡਿਪਾਰਟਮੈਂਟ ਨੂੰ ਵੀ ਅਪੀਲ ਹੈ ਵੀ ਇਸ ਮੈਟਰ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਉਹਦਾ ਸਰਚ ਕਰਕੇ ਉਹਨੂੰ ਲੱਭ ਕੇ ਉਹਨੂੰ ਵਾਪਸ ਜੰਗਲਾਂ 'ਚ ਭੇਜਿਆ ਜਾਵੇ। ਥੈਂਕ ਯੂ।